One, two, three, action. Whoa. ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਬਿਗ ਮੈਨ ਵੱਡੇ ਬੰਦੇ ਤੁਸੀਂ ਬਹੁਤ ਪਿਆਰ ਦਿੱਤਾ ਰਿਹਾ ਬਿਗ ਮੈਨ ਦਾ। ਸੋ ਪਹਿਲਾਂ ਵੀ ਬਹੁਤ ਘੈਂਟ ਐਕਸਪੀਰੀਅੰਸ ਰਿਹਾ ਸੀਗਾ ਬਿਗ ਮੈਨ ਦੇ ਵਿੱਚ। ਇੱਕ ਦੋ ਸਟੈਪ ਦਾ ਕਿੱਦਾਂ ਰੁਕਣਾ, ਹੱਥ ਜਿਹਾ ਜੀਵ ਨੂੰ ਕਰਨਾ, ਸੁਧਾਰ ਜਿੱਦਾਂ ਉਹ ਵੀ ਰੋਕੇ ਤੁਸੀਂ ਵੀ ਰੋਕਿਆ, ਬਸ ਕੁੜੀ ਨੂੰ ਦੇਖ ਰਹੇ ਹੋ ਤੁਸੀਂ, ਤਹਿਨ ਕਰਕੇ ਇਸ਼ਾਰਾ ਜਿਹਾ ਕੀਤਾ ਉਹ ਬਾਈ ਥੋੜ੍ਹੇ ਥੋੜ੍ਹੇ ਖੁੱਲ੍ਹੇ ਹੋਏ ਸਾਰੇ, ਇੱਦਾਂ ਹੀ ਇੱਦਾਂ ਮਾਰਕ ਤਾਂ ਖੁੱਲ੍ਹੇ ਖੁੱਲ੍ਹੇ ਹੋਏ ਸਮਾਈਲ ਆ ਗਈ ਚਿਹਰੇ ਤੇ ਇੱਦਾਂ ਹੀ। ਹਾਏ ਕਾਲਾ ਮਾਲੀ ਸ਼ਕਦਾ ਹੈ ਪਰ ਦਿਲ ਦਾ ਨਹੀਂ, ਉਹ ਕਾਲੇ ਦਾ ਨੀ ਤੇਰੀ ਪੀ ਐਚ ਡੀ ਤੇ ਪਾਰੂ ਪੈ ਗਿਆ ਪਿਆਰ ਪਲਸ ਟੂ ਕੋ ਕਾਏ ਤੇਰੀ ਯਾਰੀ ਮਿੱਤਰਾ ਕੋ ਕਾਏ। ਬਹੁਤ ਪਿਆਰ ਦਿੱਤਾ, ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਸੀ, ਖਾਸ ਕਰਕੇ ਮੈਮ ਨੇ ਬਹੁਤ ਸੋਹਣਾ ਜਿਹੜਾ ਐਕਟ ਸੀ ਬਖੂਬੀ ਨਿਭਾਇਆ ਸੀ। ਟੀਵੀ ਵੀ ਜਾਂਦੀ ਹੋ ਤਾਂ ਸਭ ਮੁਝੇ ਮਤਲਬ ਇਹ ਕੀ ਗਾਣਾ ਬਸ ਮੈਂ ਤੁਸੀਂ ਵੱਡੇ ਬੰਦੇ ਵਾਲੀ ਮੈਡਮ ਹੋ ਨਾ, ਕਹੀਂ ਵੀ ਜਾਂਦੀ ਹੋ ਤਾਂ ਮੁਝੇ ਇਤਨੀ ਖੁਸ਼ੀ ਹੋਤੀ ਹੈ। ਇਸ ਗਾਣੇ ਨੇ ਮੁਝੇ ਬਹੁਤ ਅੱਛੀ ਔਰ ਜ਼ਿਆਦਾ ਆਈਡੈਂਟੀ ਦੀ ਹੈ, ਤਾਂ ਮੇਰੇ ਲਈ ਬਹੁਤ ਲੱਕੀ ਹੈ ਇਹ ਸੌਂਗ। ਇਹ ਆਪਣਾ ਵੱਡੇ ਬੰਦੇ ਪਾਰਟ 2 ਸ਼ੂਟ ਹੋ ਰਿਹਾ ਤੇ ਬਹੁਤ ਵਧੀਆ ਭਾਈ ਐਕਟ ਕਰ ਰਹੇ ਆ, ਇਹ ਕਰੈਕਟਰ ਭਾਈ ਦਾ ਚੇਂਜ ਕਰਤਾ ਪੂਰਾ, ਐਕਟ ਕਰਨੀ ਦੇ ਐਕਟ ਕਰਵਾ ਰਹੇ ਹਾਂ ਨਹੀਂ ਕਰਦੇ ਆ ਰਹੇ ਹਾਂ ਬਹੁਤ ਕਰਦੇ ਰਹੇ ਹਾਂ ਐ ਸ਼ੀ ਨਾਲ ਪਾਸ ਪਰ ਜਾਉਂ ਰਹੇ ਪਾਸੇ ਨਾ ਤਾਂ ਦੇਖੋ ਜੀ ਕਿੱਥੇ ਨਿਕਲੇ ਕਿੱਥੇ ਦੇ ਲੋਕ ਦੇ ਥੱਲੇ ਬਸ ਵਿੱਚ ਆਪਾਂ ਬੈਠੇ ਨਹੀਂ ਤਾਂ ਮੁੰਡੇ ਜਿਹੜੇ ਡੀਐਨਟੀ ਪਾਰਟੀ ਉਹ ਤਾਂ ਗੱਡੀ ਆਪਣੀ ਸਟਿੱਕਰ ਲਾ ਰਹੇ ਆ, ਉਹ ਤਾਂ ਦੇਖੋ ਜੀ ਫੇਰ ਕਰੋ ਬਾਈ ਅੱਜ ਦਾ ਸ਼ੂਟ ਕਿੱਦਾਂ ਰਿਹਾ ਜੀ, ਮੌਸਮ ਨੇ ਕਿੱਦਾਂ ਬਹੁਤ ਘੰਟ ਡੇ ਵਨ ਪੈਕਅਪ ਤਾਂ ਕਹਿੰਦਾ ਬਾਈ ਪੈਕਅਪ ਪੈਕਅਪ ਜ਼ਿੰਦਗੀ ਅਪ ਡਾਊਨ ਹੁੰਦੀ ਹੈ, ਬਦਲਾਅ ਹੁੰਦੇ ਆ, ਚੇਂਜਸ ਹੁੰਦੇ ਆ। ਸੋ ਪਾਰਟ 2 ਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਜ਼ਿਆਦਾ ਸਵਾਦ ਆਊਗਾ। ਅੱਜ ਵੀਰੇ ਦਾ ਅੱਜ ਬਹੁਤ ਵਧੀਆ ਰੋਲ ਸੀਗਾ, ਇਹਨਾਂ ਨੇ 10 ਮਿੰਟ ਜੱਫੀ ਪਾ ਕੇ ਰੱਖੀ, ਤੁਹਾਨੂੰ ਜੱਫੀ ਪਾ ਕੇ ਕਿੱਦਾਂ ਦਾ ਲੱਗਿਆ? ਬਹੁਤ ਵਧੀਆ ਜੀ, ਬਸ 2 ਲਫ਼ਜ਼ ਬਹੁਤ ਸਵਾਦ ਆਇਆ, ਤੁਹਾਨੂੰ ਜੀ ਨਹੀਂ ਸੀਗਾ ਤਾਂ ਜੱਫੀ, ਹਾਂ ਬਹੁਤ ਮਜ਼ਾ ਆਇਆ ਜੀ। ਇੱਧਰ ਕਰ ਦੋ ਇੱਧਰ ਕੱਟ
ਕਿਤੇ ਫਿਰ ਸਵਾਲ ਖੜੇ ਹੁੰਦੇ ਵੀ ਅੱਗੇ ਕੀ ਹੋਇਆ, ਫਿਰ ਅੱਗੇ ਕੀ ਹੁੰਦਾ ਉਹ ਵੀ ਦਿਖਾਵਾਂਗੇ ਪਾਰਟ 3 ਦੇ ਵਿੱਚ। ਸੋ ਜਿਵੇਂ ਜਿਵੇਂ ਤੁਸੀਂ ਐਕਸੈਪਟ ਕਰਦੇ ਰਹੋਗੇ, ਪਿਆਰ ਦਿੰਦੇ ਰਹੋਗੇ ਤੇ ਗਾਣਾ ਚੱਲਦਾ ਰਹਿਣਾ। ਅੱਜ ਤੋਂ ਬਾਅਦ ਨਾ ਸਿਫਤ ਕਰੀਏ ਤੇਰੇ ਲੱਕ ਨੂੰ ਲੱਗੇ ਲੋਹੇ ਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਹੂੰ ਈਸ਼ਾ ਸ਼ਰਮਾ। ਤੋ ਅੱਜ ਹਮ ਸ਼ੂਟ ਕਰ ਰਹੇ ਬਿਗ ਮੈਨ 2 ਕਾ, ਜਿਸਕਾ ਸਭਕੋ ਬਹੁਤ ਜ਼ਿਆਦਾ ਇੰਤਜ਼ਾਰ ਥਾ। ਬਿਗ ਮੈਨ ਕੇ ਬਾਅਦ ਸਭ ਲੋਕੋਂ ਕੇ ਇਤਨੇ ਅੱਛੇ ਰਿਵਿਊਜ਼, ਇਤਨੇ ਅੱਛੇ ਕਮੈਂਟਸ ਕਿ ਸਭ ਲੋਕ ਬਿਗ ਮੈਨ 2 ਕੀ ਇਤਨੀ ਜ਼ਿਆਦਾ ਵੇਟ ਕਰ ਰਹੇ ਥੇ। ਤੋ ਫਿਰ ਟੀਮ ਨੇ ਸੋਚਾ ਕਿ ਕਿਉਂ ਨਾ ਬਿਗ ਮੈਨ 2 ਪ੍ਰੈਜੈਂਟ ਕਰ ਦਿਆ ਜਾਏ ਆਡੀਅੰਸ ਕੇ ਲੀਏ। ਤੋ ਹਮ ਲੈ ਕੇ ਆ ਰਹੇ ਆਪਕੇ ਆਗੇ ਬਿਗ ਮੈਨ 2, ਔਰ ਯੇ ਗਾਨਾ ਬਿਗ ਮੈਨ ਕੀ ਵੀ ਇੱਕ ਆਪਣੀ ਜਗ੍ਹਾ ਹੈ ਔਰ ਯੇ 2 ਕੀ ਵੀ ਆਪਣੀ ਜਗ੍ਹਾ ਹੈ। ਤੋ ਦੋਨੋਂ ਕੀ ਸਟੋਰੀ ਲਾਈਨ ਆਪਕੋ ਇਤਨੀ ਅੱਛੀ ਲਗੇਗੀ ਨਾ, ਆਈ ਐਮ ਡੀਪਲੀ ਟਚਡ। ਪਿਛਲੀ ਵਾਰ ਸ਼ੂਟ ਹਮਨੇ ਭਰਪੂਰ ਸਰਦੀਓ ਮੈਂ ਕੀਆ ਥਾ, ਇਤਨੀ ਠੰਡ ਥੀ ਪੂਛੋ ਮਤ, ਇਸ ਬਾਰ ਭਰਪੂਰ ਗਰਮੀਆਂ। ਬਟ ਟਚ ਵੁੱਡ, ਗੋਡ ਨੇ ਹਮਾਰਾ ਸਾਥ ਦਿਆ ਕਿ ਇਤਨਾ ਅੱਛਾ ਵੈਦਰ ਹੈ ਅੱਜ, ਬਿਲਕੁਲ ਸਭ ਪੀਸਫੁਲੀ ਸ਼ੂਟ ਕਰ ਰਹੇ, ਕੋਈ ਕੰਮ ਹੈ ਕੋਈ ਪ੍ਰੋਬਲਮ ਨਹੀਂ ਹੈ। ਤੁਹਾਨੂੰ ਸਵਾਲ ਆਊਗਾ ਗਾਣਾ ਸੁਣ ਕੇ, ਜਿਵੇਂ ਜਿਵੇਂ ਗਾਣਾ ਅੱਗੇ ਅੱਗੇ ਜਾਈ ਜਾਊਗਾ ਮਾਇੰਡ 'ਚ ਹਟ ਕਰਦਾ ਜਾਊ, ਗਰੰਟੀ ਹੈ ਇਸ ਗੱਲ ਦੀ। ਥੈਂਕ ਯੂ, ਲਵ ਯੂ, ਬਾਕੀ ਰਾਜਨ ਮਨਾਨ ਬਹੁਤ ਘੈਂਟ।